ਵੀਡੀਓ ਵੇਖੀ ਉਹ ਫੋਨ ਦੇ ਉੱਤੇ ਕੁੜੀ ਨੂੰ ਧਮਕਾ ਰਿਹਾ ਕਿ ਤੂੰ ਵੀਡੀਓ ਰਿਮੂਵ ਕਰ ਦੇ ਨਹੀਂ ਤੇ ਅਸੀਂ ਤੇਰਾ ਗਾਣਾ ਰਿਲੀਜ਼ ਕਰਨਾ ਬਲਾ ਬਲਾ ਗਾਲਾਂ ਕੱਢਣਾ ਕੋਈ ਸ਼ਰਮਨਾਕ ਚੀਜ਼ ਹੈਗੀ ਇੰਨੇ ਫੁੱਦੂ ਬੰਦੇ ਤੁਸੀਂ ਸਾਲਿਓ ਇੱਕ ਕੁੜੀ ਨੂੰ ਗਾਲਾਂ ਕੱਢ ਰਹੇ ਜੇ ਕੁੜੀ ਨੂੰ ਤੁਸੀਂ ਬੌਂਡ ਕਰਕੇ ਉਹਦਾ ਟੈਲੈਂਟ ਬਰਬਾਦ ਕਰ ਰਹੇ ਜੇ ਸਦੀ ਇਹ ਕਿ ਮੈਂ ਕਿਹਾ ਮੈਂ 10 ਦਿਨ ਦੇ ਵਿੱਚ ਕੁੜੀ ਦਾ ਗਾਣਾ ਰਿਲੀਜ਼ ਕਰੂੰਗਾ ਤੇ ਪ੍ਰੋਡਿਊਸਰ ਮੇਰਾ ਪੱਟ ਲੈਣ ਜੋ ਪੜਨਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਥੋੜਾ ਦੇਸੀ ਤੜਕੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਸੋਨੀ ਮਾਨ ਦੀ ਇੱਕ ਇੰਟਰਵਿਊ ਤੇ ਨਾਲ ਦੀ ਨਾਲ ਉਹਨਾਂ ਦੀ ਇੱਕ ਵੀਡੀਓ ਤੇ ਜਿਸ ਦੇ ਵਿੱਚ ਉਹ ਦੱਸ ਰਹੇ ਨੇ ਕਿ ਉਹਨਾਂ ਨੇ ਇੱਕ ਪ੍ਰੋਡਿਊਸਰ ਨੇ ਬਹੁਤ ਵੱਡਾ ਧੋਖਾ ਕੀਤਾ ਤੇ ਉਹਨਾਂ ਦਾ ਗਾਣਾ ਬਣਾ ਕੇ ਤੇ ਉਹਨਾਂ ਦਾ ਗਾਣਾ ਰਿਲੀਜ਼ ਨਹੀਂ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੂੰ ਫੋਨ ਦੇ ਉੱਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ। ਤੇ ਇਸੇ ਤਰ੍ਹਾਂ ਹੀ ਵੀਡੀਓ ਨੂੰ ਵਾਇਰਲ ਹੁੰਦਾ ਦੇਖ ਉਹਨਾਂ ਦੀ ਸਪੋਰਟ ਦੇ ਵਿੱਚ ਇੱਕ ਨਾਮੀ ਕੰਪਨੀ ਜੋ ਕਿ 62 ਵੈਸਟ ਸਟੂਡੀਓ ਦੇ ਨਾਮ ਤੇ ਹੈ ਤੇ ਉਹਨਾਂ ਦੇ ਪ੍ਰੋਡਿਊਸਰ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਇਸ ਦੇ ਨਾਲ ਇਨਸਾਫ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਪ੍ਰੋਡਿਊਸਰਾਂ ਦੀ ਰੱਜ ਕੇ ਭੰਡੀ ਕੀਤੀ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਹਨਾਂ ਦੀ ਵੀਡੀਓ ਦੇਖੀ ਤੇ ਜੋ ਲੋਕ ਇਹਨਾਂ ਨਾਲ ਇਨਸਾਫ ਕਰਨਾ ਚਾਹੁੰਦੇ ਸੀ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰਿਓ ਤੇ ਹੁਣ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵੱਲ ਝਲਕ ਮਨਾਉਂਦੇ ਹਾਂ। ਮੇਰਾ ਨਾਮ ਰਣਜੋਤ, ਮੇਰੀ ਕੰਪਨੀ ਆਪਣੀ ਮਿਊਜ਼ਿਕ ਲੇਬਲ, ਆਪਣਾ ਮਿਊਜ਼ਿਕ ਲੇਬਲ ਹੈ 62 ਵੈਸਟ ਸਟੂਡੀਓ। ਅਤੇ ਮੈਂ ਹਫ਼ਤੇ ਤੱਕ ਵੀਡੀਓ ਵੇਖ ਰਿਹਾ, ਮੈਂ ਹੁਣੇ ਅੱਧਾ ਘੰਟਾ ਪਹਿਲਾਂ ਵੀਡੀਓ ਵੇਖੀ ਇੱਕ ਕੁੜੀ ਆ ਸੋਨੀ ਮਾਨ, ਉਹ ਵਿਚਾਰੀ ਤਰਲੇ ਲੈ ਕੇ ਬੋਲ ਰਹੀ ਹੈ ਕਿ ਮੇਰਾ ਗਾਣਾ ਰਿਲੀਜ਼ ਕਰ ਦਿਓ, ਪ੍ਰੋਡਿਊਸਰਾਂ ਨੂੰ ਕਹਿ ਰਹੀ ਹੈ ਮੇਰਾ ਗਾਣਾ ਰਿਲੀਜ਼ ਕਰ ਦਿਓ, ਮੈਨੂੰ ਮੇਰੇ ਨਾਲ ਇੱਦਾਂ ਧੱਕਾ ਨਾ ਕਰੋ, ਕਿਸੇ ਨਾਲ ਸਾਇਨ ਹੋਈ ਹੋਊਗੀ, ਕਿਸੇ ਨਾਲ ਬੌਂਡ ਹੋਈ ਹੋਊਗੀ। ਅਤੇ ਗੱਲ ਚੰਗੀ ਨਹੀਂ ਪ੍ਰੋਡਿਊਸਰਾਂ 'ਤੇ, ਤਾਂ ਪ੍ਰੋਡਿਊਸਰ ਕਹਿ ਵੀ ਰਹੇ ਨੇ, ਬਲੇਮ ਵੀ ਲੱਗ ਰਿਹਾ ਕਿ ਪ੍ਰੋਡਿਊਸਰ ਮਾਰਦੇ ਨੇ। ਮੈਂ ਵੀ ਇੰਗਲੈਂਡ ਤੋਂ ਬੋਲ ਰਿਹਾ ਅਤੇ ਤੁਸੀਂ ਚੈੱਕ ਵੀ ਕਰ ਸਕਦੇ 62 ਵੈਸਟ ਸਟੂਡੀਓ ਜਾ ਕੇ, ਯੂਟਿਊਬ ਚੈਨਲ 'ਤੇ ਸਾਡੇ ਪੇਜ ਵੀ ਨੇ, ਸਾਰਾ ਕੁਝ ਚੈੱਕ ਕਰ ਦਿਉ। ਅਤੇ ਪ੍ਰੋਡਿਊਸਰ ਕਹਿ ਰਹੇ ਮੈਂ ਗਾਣਾ ਰਿਲੀਜ਼ ਕਰਦਾ, ਮੈਂ ਹੁਣੇ ਵੀਡੀਓ ਵੇਖੀ, ਉਹ ਫੋਨ ਦੇ ਉੱਤੇ ਕੁੜੀ ਨੂੰ ਧਮਕਾ ਰਿਹਾ ਕਿ ਤੂੰ ਵੀਡੀਓ ਰਿਮੂਵ ਕਰ ਦੇ ਨਹੀਂ ਤੇ ਅਸੀਂ ਤੇਰਾ ਗਾਣਾ ਰਿਲੀਜ਼ ਕਰਨਾ ਬਲਾ ਬਲਾ ਗਾਲਾਂ ਕੱਢਣਾ ਕੋਈ ਸ਼ਰਮਨਾਕ ਚੀਜ਼ ਹੈਗੀ ਇੰਨੇ ਫੁੱਦੂ ਬੰਦੇ ਤੁਸੀਂ ਸਾਲਿਓ ਇੱਕ ਕੁੜੀ ਨੂੰ ਗਾਲਾਂ ਕੱਢ ਰਹੇ ਜੇ ਕੁੜੀ ਨੂੰ ਤੁਸੀਂ ਬੌਂਡ ਕਰਕੇ ਉਹਦਾ ਟੈਲੈਂਟ ਬਰਬਾਦ ਕਰ ਰਹੇ ਜੇ। ਮੈਂ ਇੱਕ ਸੱਚ ਹੋਰ ਗੱਲ ਮੈਂ ਫਾਈਟ ਦੇ ਤੌਰ 'ਤੇ ਗੱਲ ਕਰਨਾ ਚਾਹੁੰਦਾ ਕਿ ਮੈਂ ਹੁਣੇ ਸੋਨੀ ਮਾਨ ਚੈੱਕ ਕੀਤਾ ਫਸਟ ਯੂਟਿਊਬ 'ਤੇ, ਮੈਂ ਇੱਦਾਂ ਸਿੱਧਾ ਨਹੀਂ ਆਣ ਕੇ ਵੀਡੀਓ ਬਣਾਉਣ ਲੱਗਾ, ਯੂਟਿਊਬ 'ਤੇ ਮੈਂ ਸੋਨੀ ਮਾਨ ਚੈੱਕ ਕੀਤਾ, ਉਹਨੇ 3-4 ਗਾਣੇ ਕੀਤੇ, ਆਵਾਜ਼ ਬਹੁਤ ਸੋਹਣੀ ਆ, ਬਹੁਤ ਸੋਹਣੀ ਆਵਾਜ਼, ਤੁਸੀਂ ਵੀ ਚੈੱਕ ਕਰੋ, ਆਵਾਜ਼ ਬਹੁਤ ਸੋਹਣੀ ਉਹਦੀ। ਅਤੇ ਜਿੰਨੀ ਕੁ ਵਿਚਾਰੀ ਦੀ ਔਕਾਤ ਸੀ, ਉਹਨੇ 4 ਗਾਣੇ ਆਪਣੇ ਆਡੀਓ ਰਿਲੀਜ਼ ਕੀਤੇ ਹੋਏ ਉਹਦੇ ਉੱਤੇ, ਅਤੇ ਬਾਕੀ ਇਹ ਬੌਂਡ ਹੋ ਗਈ ਵਿਚਾਰੀ ਇਹੋ ਜਿਹੇ ਫੁੱਦੂ ਪ੍ਰੋਡਿਊਸਰਾਂ ਨਾਲ ਜਿਹੜੇ ਲਾਰੇ 'ਤੇ ਲਾਰਾ ਲਾ ਰਹੇ ਆ, ਲਾਰੇ 'ਤੇ ਲਾਰਾ ਲਾ ਰਹੇ ਆ, ਇਹ ਗੱਲ ਚੰਗੀ ਨਹੀਂ ਆ। ਅਤੇ ਮੈਂ ਅੱਜ ਲਾਈਵ ਹੋਣ ਦਾ ਮਕਸਦ ਹੀ ਇਹ ਕਿ ਮੈਂ ਕਿਹਾ ਮੈਂ 10 ਦਿਨ ਦੇ ਵਿੱਚ ਕੁੜੀ ਦਾ ਗਾਣਾ ਰਿਲੀਜ਼ ਕਰੂੰਗਾ, ਉਹਦਾ ਪ੍ਰੋਡਿਊਸਰ ਮੇਰਾ ਪੱਟ ਲੈਣ ਜੋ ਪੜਨਾ। ਸਾਲੇ ਕਹਿੰਦੇ ਇੰਡੀਆ ਜਾ ਕੇ ਤੁਹਾਡਾ ਗਾਣਾ ਰਿਲੀਜ਼ ਕਰਦੇ ਆ, ਬਲਾ ਬਲਾ ਬਲਾ, ਸਾਲਿਓ ਕੀ ਪਤਾ ਤੁਸੀਂ ਇੱਥੇ ਕਿਹੜੇ ਹਿਸਾਬ ਨਾਲ ਰਹਿੰਦੇ, 2 ਨੰਬਰ 'ਚ ਨਹੀਂ ਜੀ, ਇੱਕ ਕੁੜੀ ਦਾ ਫਿਊਚਰ ਬਰਬਾਦ ਕਰਨ ਡੇ, ਇੱਕ ਟੈਲੈਂਟ ਬਰਬਾਦ ਕਰਨ ਡੇ ਜੀ। ਕੁੜੀ ਚੰਗੇ ਤਰੀਕੇ ਨਾਲ ਲਾਂਚ ਹੋਵੇ, ਕੁੜੀ ਜ਼ਰੂਰ ਚੱਲੂਗੀ, ਮੈਂ ਲਿਖ ਕੇ ਦੇ ਦਿੰਦਾ। ਅਤੇ ਹੁਣ ਕੁੜੀ ਨੂੰ ਰਿਲੀਜ਼ ਮੈਂ ਕਰਨਾ, 10 ਦਿਨ ਦੇ ਵਿੱਚ ਰਿਲੀਜ਼ ਕਰੂੰਗਾ, ਪ੍ਰੋਡਿਊਸਰਾਂ ਨੂੰ ਕਹਿੰਦਾ ਪੱਟ ਲਓ, ਜੇ ਮੇਰਾ ਪੱਟ ਲਓ, ਇੱਦਾਂ ਦੇ ਕੰਮ ਫੁੱਦੂ ਬੰਦੇ ਕਰਦੇ ਆ। ਅਤੇ ਸਾਡੇ ਕੋਲ ਜੋ ਕੰਮ ਹੈਗੇ ਨਹੀਂ ਆ, 62 ਬਸ ਸਟੂਡੀਓ ਦੇ 10 ਦਿਨ ਬਾਅਦ 10 ਦਿਨ ਦੇ ਵਿੱਚ ਵਿੱਚ ਗਾਣਾ ਰਿਲੀਜ਼ ਕਰਾਂਗੇ, ਇਹ ਤੁਸੀਂ ਸਾਰੇ ਵੇਖ ਲਿਓ, ਬਸ ਤੁਹਾਡੀ ਸਪੋਰਟ ਦੀ ਲੋੜ ਆ। ਅਤੇ ਕੁੜੀ ਤੱਕ ਮੇਰਾ ਮੈਸੇਜ ਪਹੁੰਚਾਓ, ਜਿੱਥੋਂ ਤੱਕ ਜਿੱਦਾਂ ਵੀ ਹੋ ਸਕਦਾ ਕੁੜੀ ਨੂੰ ਕਹਾਂ ਸਾਡੀ ਕੰਪਨੀ ਨਾਲ ਕੋਂਟੈਕਟ ਕਰੇ, ਮੇਰੇ ਨਾਲ ਕੋਂਟੈਕਟ ਕਰੇ, ਸਾਡੇ ਸਾਰੇ ਨੰਬਰ ਉਹਦੇ ਉੱਤੇ ਪਏ ਹੋਏ ਆ, ਪੇਜ ਦੇ ਉੱਤੇ ਪਏ ਆ, 62 ਵੈਸਟ ਸਟੂਡੀਓ, ਦੇਸੀ ਤੜਕੇ ਤੱਕ ਮੇਰੀ ਵੀਡੀਓ ਪਹੁੰਚਾਓ, ਹੋਰ ਵੀ ਜਿੰਨੇ ਚੈਨਲ ਆਇਆ ਮੈਨੂੰ ਤਾਂ ਇੰਨਾ ਪਤਾ ਨਹੀਂ ਆ, ਅਤੇ ਬਾਕੀ ਵੀਡੀਓ ਮੇਰੀ ਪਹੁੰਚਾ ਦਿਉ ਜੇ ਹੋ ਸਕਦਾ, ਅਤੇ ਅਸੀਂ ਕੁੜੀ ਦੀ ਹੈਲਪ ਜ਼ਰੂਰ ਕਰਾਂਗੇ।